ਸਾਰੇ ਇੱਕ ਨਿੱਕਾ ਨਿੱਕਾ ਮੈਂ ਸੁਨੇਹਾ ਚੱਲੀ ਆ ਮੇਰੀ ਤਰਫ ਮੇਰੀ ਮੈਂ ਆਓ ਤੁਸੀਂ ਬੈਠੋ ਮਤਲਬ ਕੰਮ ਠੀਕ ਪਤਾ ਗਰਮੀ ਵੀ ਹੈ ਬੜੀ ਦੇਰ ਦੇ ਇੰਤਜ਼ਾਰ ਕਰਾ ਕਰਦੇ ਹੋ ਮੋਟੀ ਮੋਟੀ ਗੱਲ ਇਹ ਹੈ ਕਿ ਇਹ ਬੜੀ ਬੜੀ ਪੰਚਾਇਤ ਹੈ ਤੁਹਾਡੀ ਹੈ ਨਾ ਮੇਰੇ ਖਿਆਲ 2700-2800 ਦੇ ਕਰੀਬ ਕਰੀਬ ਇਹਨੂੰ ਵੋਟ ਵੀ ਹੋਣਾ ਇਹਨੂੰ ਹੈ ਨਾ ਅਤੇ ਮਗਰ 11 ਤਰੀਕ ਤੁਸੀਂ ਆਉਣਾ ਸਾਰਾ ਜੋ ਮੇਰੇ ਕੋਲ ਵਿਵਸਥਾ ਬਣਨ ਠੀਕ ਹੈ ਨਾ ਉਹ ਕਰਕੇ ਤੁਸੀਂ ਵਾਲਾ ਤੁਹਾਡੇ ਵਾਲਾ ਮੈਂ ਲਾ ਅਤੇ ਥੱਲੇ ਵਾਲਾ ਐਸ ਸੀ ਮੈਂ ਲਾ ਵੀ ਮੇਰੇ ਕੋਲ ਆਏ ਦੇ ਸਾਰੇ ਗਏ ਇਕੱਠੇ ਨਾਲ ਮੇਰੀ ਇੱਕ ਬੱਸ ਭੇਜਣੀ ਹੈ ਤੁਹਾਡੇ ਕੋਲ ਅਸਰ ਮਨਜ਼ੂਰ ਹੈ ਮਾਤਰ ਸ਼ਕਤੀ ਵੀ ਆਉਣੀ ਚਾਹੀਦੀ ਸੁਣੋ ਸੁਣੋ ਆਏ ਮੋਦੀ ਸਾਹਿਬ ਨੇ ਕਿਹਾ ਕੱਲ ਮੈਨੀਫੈਸਟੋ ਆਇਆ ਨਾ ਬੀਜੇਪੀ ਦਾ ਮੈਂ ਆਖਿਆ ਨੌਜਵਾਨ ਸੁਣ ਲੈ 1.25 ਕਰੋੜ ਦਾ ਜੰਮੂ ਕਸ਼ਮੀਰ ਹੈ 1.25 ਕਰੋੜ ਪਾਪੂਲੇਸ਼ਨ ਹੈ ਐਲਾਨ ਕੀਤਾ ਪਾਰਟੀ ਨੇ ਕਿ 5 ਲੱਖ ਨੌਜਵਾਨਾਂ ਦੀ ਰੋਜ਼ਗਾਰ ਡੇਲੀ ਵੇਜਰਸ ਪਹਿਲੀ ਕੈਬਨਿਟ ਚ ਸਾਰਿਆਂ ਤੋਂ ਪਹਿਲੀ ਟਿੱਕ ਲੱਗੇ ਤੇ ਡੇਲੀ ਵੇਜਰਾਂ ਨੇ ਇਸ਼ੂ ਲੱਗੇ 140 ਕਰੋੜ ਦਾ ਮੁਲਕ ਹੈ ਇਸ ਬਿਮਾਰੀ ਦਾ ਇਹਨੇ ਪਤਾ ਨਹੀਂ ਨਾ ਇਹਦੇ ਕੋਲ ਕੋਈ ਟੈਸਟਿੰਗ ਕਿੱਟ ਇਹਨੇ ਕੀ ਇਸ ਬਲਾ ਦਾ ਨਹੀਂ ਪਤਾ ਐਡਾ ਵੱਡਾ ਮੁਲਕ ਥਿਕਲੀ ਪਾਪੂਲੇਟਿਡ ਮੁਲਕ ਸ਼ਾਇਦ ਕੋਰੋਨਾ ਕੋਲ ਬਚ ਗਏ ਤੇ ਇਹਨਾਂ ਭੁੱਖ ਮਰੀ ਗਏ ਵਾਲੀ ਆਖਦੇ ਨੇ ਠੀਕ ਤੁਹਾਡੇ ਪ੍ਰਧਾਨ ਮੰਤਰੀ ਨੇ ਪੂਰੇ ਮੁਲਕ ਦੀ ਇੱਕ ਸੂਤਰ 'ਚ ਬੰਨਿਆ ਸੂਤਰ 'ਚ ਬੰਨਣ ਦੇ ਬਾਅਦ ਪੋਲੀਓ ਇੱਕ ਬਿਮਾਰੀ ਸੀ ਜਾਣਦੇ ਨਾ ਸਾਰੇ ਕਿੰਨੇ ਸਾਲ ਲੱਗੇ ਪੋਲੀਓ ਖਤਮ ਹੁੰਦੇ 70 ਸਾਲ ਕਿੰਨੇ ਸਾਲ ਲੱਗੇ 70 ਸਾਲ ਲੱਗੇ ਹਲੇ ਵੀ ਥੋੜ੍ਹਾ ਥੋੜ੍ਹਾ ਅਸਰ ਹੈ ਉਹਦਾ ਉਹ ਵੀ ਸਾਡੇ ਆਦਮੀ ਨੇ ਮੰਗਾਈ ਡਾਕਟਰ ਹਰਸ਼ ਵਰਧਨ ਠੀਕ ਹੈ ਨਾ ਜਿਸ ਬਿਮਾਰੀ ਕਹਿੰਦੇ ਹਾਂ ਵਾਸਤਾ ਨਹੀਂ ਜਿਸ ਬਲਾ ਦਾ ਸਾਨੂੰ ਪਤਾ ਨਹੀਂ ਜਿਹਦੇ ਕੋਲ ਸਾਡੀ ਟੈਸਟਿੰਗ ਕਿੱਟ ਕੋਈ ਨਹੀਂ ਇਨਫਰਾਸਟ੍ਰਕਚਰ ਕੋਈ ਨਹੀਂ ਮੈਡੀਕਲ ਹਸਪਤਾਲਾਂ 'ਚ ਕੋਈ ਵਿਵਸਥਾ ਨਹੀਂ ਉਸ ਬਿਮਾਰੀ ਕਹਿੰਦੇ ਮੋਦੀ ਸਾਹਿਬ ਔਰ ਇਹ ਮੁਲਕ ਲੜਿਆ ਲੜਨ ਦੇ ਬਾਅਦ ਉਹ ਵੈਕਸੀਨ ਬਣਾਈ ਵੈਕਸੀਨ ਬਣਾਉਣ ਦੇ ਬਾਅਦ ਫਸਟ ਡੋਜ਼ ਸੈਕਿੰਡ ਡੋਜ਼ ਔਰ ਬੂਸਟਰ ਡੋਜ਼ ਦੇਣ ਦੇ ਬਾਅਦ ਜਿਹੜੇ ਮੁਲਕ ਆਦਿ ਹੈ ਕਰੋਨਾ ਕਹਿੰਦੇ ਨੇ ਮਰੀ ਜਾਣਾ ਭੁੱਖ ਮਰੀ ਕਹਿੰਦੇ ਮਰੀ ਜਾਣਾ ਉਹਨੇ ਮੁਲਕੇ ਕੀ ਵੈਕਸੀਨ ਵੀ ਦਿੱਤੀ ਇਹ ਵਿਵਸਥਾ ਪਰਿਵਰਤਨ ਹੈ ਨਾ ਫਿਰ ਜਿਹੜੀ ਭੁੱਖ ਮਰੀ ਵਾਲਾ 19-5-24 ਮੋਦੀ ਨੇ ਆਖਿਆ ਕਿੰਨੇ ਕਰੋੜ ਲੋਕਾਂ ਕੀ ਰਾਸ਼ਨ ਦਿੱਤਾ ਮੁਫ਼ਤ ਸੁਣਾ ਨਾ ਤੁਸੀਂ 80 ਕਰੋੜ ਇਸੀ ਪਤਾ ਹੋਰ ਨਹੀਂ ਪਤਾ ਉਹ ਕਿੰਨੇ ਦਿੱਤਾ ਨਾ ਉਹਨੇ ਨੀ ਪੁੱਛਿਆ ਇਹ ਰਾਮ ਦਾ ਘਰ ਹੈ ਜਾਂ ਰਹੀਮ ਦਾ ਘਰ ਹੈ ਜਾਂ ਸੋਮਨਾਥ ਦਾ ਘਰ ਹੈ ਜਾਂ ਦਲਜੀਤ ਸਿੰਘ ਦਾ ਘਰ ਹੈ ਜਾਂ ਸੰਗਾਰਾ ਸਿੰਘ ਦਾ ਘਰ ਹੈ ਉਹਨੇ ਪੁੱਛਿਆ ਨਾ ਆਏ ਵੀ ਤਿਆਰ ਇਹ ਸਾਰੇ ਕਾਰੇ ਮੋਦੀ ਨੇ ਕੀਤੇ ਤੁਹਾਡੀ ਦੂਰ ਨਹੀਂ ਜਾਣਾ ਹਿੰਦੁਸਤਾਨ ਵੀ ਨਹੀਂ ਜਾਣਾ ਜੰਮੂ ਵੀ ਨਹੀਂ ਜਾਣਾ ਇਹ ਪਹਿਲਾਂ ਵੀ ਕਠੂਆ ਥਾ ਕਿਉਂ ਮਤਲਬ ਨਹੀਂ ਕਠੂਆ ਥਾ 2.5-3 ਸਾਲ ਦਿੱਤੇ ਤੁਸੀਂ ਸੜਕੇ ਦਾ ਜਾਲ ਬੁਣਿਆ ਪੂਰੀ ਕਾਂਸੀਆਂ 'ਚ ਨਹੀਂ ਬੁਣਿਆ ਤਾਂ
ਸਲਾਮ। ਕਿਸੇ ਨੇ ਪੁੱਛਿਆ ਕਿ ਹੈ ਜੋ ਮੈਂ ਕਰ ਸਕਦਾ ਹਾਂ, ਬੜਾ ਗੱਲ ਕਰਾਉਣ ਲੱਗਾ ਤੇ ਲੰਬੀ ਗੱਲ ਹੋਈ। ਸੜਕੇ ਦਾ ਜਾਲ ਬੁਣਿਆ, ਪਾਣੀ ਦਾ ਬੰਦੋਬਸਤ ਕੀਤਾ, ਬਿਜਲੀ ਦਾ ਬੰਦੋਬਸਤ ਕੀਤਾ, ਕੋਈ ਇਹ ਨਹੀਂ ਹੈ ਸਾਰੇ ਕੰਮ ਹੋਈਏ, ਕੁਦਰੇ ਰੋਂਦੇ ਵੀ ਹੋਣੇ। ਮਿਗੀ ਸੁਣਾਓ, ਪਹਿਲੇ ਵੀ ਸਰਕਾਰਾਂ ਥੀਆਂ, ਸਰਪੰਚ ਕੌਣ ਹੈ ਇੱਥੇ? ਕੋਈ ਹੈ? ਕੋਈ ਪੰਚਾਇਤ ਐਸੀ ਨਹੀਂ ਹੈ। ਮੋਦੀ ਸਾਹਿਬ ਨੇ ਆਖਿਆ ਕਿ ਹਰ ਘਰ ਟੁੱਟੀ ਹੋਣੀ ਚਾਹੀਦੀ। ਆਖਿਆ ਈਸ਼ਵਰ ਨਹੀਂ ਕਰੇ ਐਸੀ ਕੋਈ ਪਰਿਸਥਿਤੀ ਬਣੇ ਤੇ ਸਰਕਾਰ ਦੀ ਜ਼ਿੰਮੇਵਾਰੀ ਹੈ। ਹੁਣ ਹੈ ਜੰਮੂ ਕਸ਼ਮੀਰ 'ਚ ਹਿੰਦੂ ਹੈ, ਮੁਸਲਿਮ ਹੈ, ਸਿੱਖ ਹੈ, ਈਸਾਈ ਹੈ, ਕਿਸੇ ਵੀ ਜਾਤ ਕਰਨਾ, ਕਿਸੇ ਵੀ ਬਿਰਾਦਰੀ ਕਰਨਾ, ਕਿਸੇ ਕਰਨੇ ਵੀ ਵਹ ਵਾਸਤਾ, ਉਹਦਾ ਇੰਤਜ਼ਾਮ 5 ਲੱਖ ਰੁਪਏ ਦਾ ਇੰਤਜ਼ਾਮ ਕੀਤਾ ਕਿ 1 ਸਾਲ 'ਚ 5 ਲੱਖ ਰੁਪਇਆ ਤੁਸ ਅਵੇਲ ਕਰ ਸਕਦੇ। ਮੈਂ ਕੱਲ੍ਹ ਕੇ ਆਖਿਆ, ਕੱਲ੍ਹ ਕੇ ਆਖਿਆ, ਊ ਤਾੜੀ ਥੋੜ੍ਹੀ ਚੋਰੀ ਹੈ ਮਾਰੇ। ਹੁਣ ਆਖਿਆ 5 ਨਹੀਂ 7 ਲੱਖ ਰੁਪਏ। ਇੱਕ ਕਰੋਨਾ ਆਇਆ ਨਾ 2019 ਦੇ, ਕਿੰਨੇ 24 ਹੁੰਦੇ